ਤੁਸੀਂ ਦੇਖ ਰਹੇ ਹੋ ਮਸਕਾ ਚਸਕਾ ਟਾਈਮਸ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਤੁਹਾਨੂੰ ਅਸੀਂ ਬੀਤੇ ਦਿਨ ਇੱਕ ਮੰਦਰ ਦੀ ਸਟੋਰੀ ਦਿਖਾਈ ਸੀ ਜ਼ਿਲ੍ਹਾ ਗੁਰਦਾਸਪੁਰ ਦੇ ਟਪਈ ਪਿੰਡ ਦੀ, ਜੋ 135 ਸਾਲ ਤੋਂ ਖੰਡਰ ਦੀ ਹਾਲਤ ਵਿੱਚ ਸੀਗਾ ਮੰਦਰ। ਔਰ ਖਬਰ ਲੱਗਣ ਤੋਂ ਬਾਅਦ ਕੁਝ ਸੰਸਥਾਵਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਉਸ ਮੰਦਰ ਦਾ ਸਰਵੇ ਕੀਤਾ। ਇਸੇ ਤਰ੍ਹਾਂ ਦਾ ਹੀ ਇੱਕ ਮੰਦਰ ਜ਼ਿਲ੍ਹਾ ਗੁਰਦਾਸਪੁਰ ਦੇ ਕਾਦੀਆਂ ਤੋਂ 1 ਜਾਂ 1.5 ਕਿਲੋਮੀਟਰ ਦੀ ਦੂਰੀ 'ਤੇ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਪਹਿਚਾਣ ਸਕਦੇ ਹੋ ਕਿ ਇਹ ਕਿਸ ਜਗ੍ਹਾ 'ਤੇ ਹੋਏਗਾ, ਕਿਉਂਕਿ ਕਾਦੀਆਂ ਤੋਂ ਮਸਲਨ 1 ਜਾਂ 1.5 ਕਿਲੋਮੀਟਰ ਹੈ। ਪਿੰਡ ਦਾ ਨਾਮ ਵੀ ਤੁਹਾਨੂੰ ਦੱਸਾਂਗੇ, ਜਗ੍ਹਾ ਵੀ ਦੱਸਾਂਗੇ, ਔਰ ਉਸ ਦੀਆਂ ਤਸਵੀਰਾਂ ਵੀ ਮੰਦਰ ਦੀਆਂ ਦਿਖਾਵਾਂਗੇ, ਜੋ ਕਈ ਸਾਲਾਂ ਤੋਂ ਬੰਦ ਪਿਆ, ਵੀਰਾਨ ਪਿਆ, ਉਹਦੀ ਪੂਜਾ ਨਹੀਂ ਹੋ ਰਹੀ, ਔਰ ਮੰਦਰ ਦੇ ਅੰਦਰ ਮੂਰਤੀਆਂ ਵੀ ਨਹੀਂ ਹੈ। ਜਗ੍ਹਾ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ, ਪਿੰਡ ਦੀਆਂ ਤਸਵੀਰਾਂ ਦੇਖ ਸਕਦੇ ਹੋ। ਖੇਤਾਂ ਦੇ ਵਿੱਚ ਉਹ ਮੰਦਰ ਹੈ। ਇਹਦੀ ਪੂਰੀ ਰਿਪੋਰਟ ਤੁਹਾਨੂੰ ਦੇਵਾਂਗੇ ਐਂਡ 'ਤੇ, ਪਿੰਡ ਦੱਸਾਂਗੇ ਕਿਹੜਾ ਹੈ। ਤੁਹਾਨੂੰ ਲੈ ਕੇ ਜਾ ਰਹੇ ਹਾਂ ਉਸ ਜਗ੍ਹਾ 'ਤੇ, ਜਿਸ ਜਗ੍ਹਾ 'ਤੇ ਇਹ ਮੰਦਰ ਸੀ, ਜਿਸ ਦੀ ਕਈ ਸਾਲਾਂ ਪਹਿਲਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਪੂਜਾ ਵੀ ਹੁੰਦੀ ਸੀ, ਲੇਕਿਨ ਅੱਜ ਉੱਥੇ ਕੋਈ ਜਾਣ ਨੂੰ ਤਿਆਰ ਨਹੀਂ। ਕਿਉਂਕਿ ਸਾਡਾ ਮਕਸਦ ਇਹ ਤੁਹਾਨੂੰ ਅਗਾਹ ਕਰਨਾ, ਤੁਹਾਡੇ ਧਿਆਨ ਵਿੱਚ ਲਿਆਉਣਾ ਕਿ ਸਾਡਾ ਸਮਾਜ ਕਿਹੜੇ ਸਾਈਡ 'ਤੇ ਜਾ ਰਿਹਾ ਹੈ, ਔਰ ਪਿੱਛੋਂ ਸਾਨੂੰ ਕੀ ਸਿੱਖਿਆ ਮਿਲੀ ਸੀ ਵੱਡਿਆਂ ਤੋਂ, ਜਿਨ੍ਹਾਂ ਨੇ ਇੰਨੀਆਂ ਵਿਸ਼ਾਂ ਮੰਗੀਆਂ ਹੋਣਗੀਆਂ ਤਾਂ ਸ਼ਰਧਾ ਭਾਵਨਾ ਦੇ ਨਾਲ ਉਸ ਮੰਦਰਾਂ ਧਾਰਮਿਕ ਸਥਾਨਾਂ 'ਤੇ ਜਾਂਦੇ ਹੋਣਗੇ, ਜਿਨ੍ਹਾਂ ਨੂੰ ਅਸੀਂ ਅੱਜ ਵਿਰਾਨ ਦੀ ਹਾਲਤ ਵਿੱਚ ਦੇਖ ਰਹੇ ਹਾਂ। ਸੋ ਮਿਲਦੇ ਹਾਂ ਅੱਗੇ ਤੁਹਾਨੂੰ। ਤੁਸੀਂ ਦੇਖ ਰਹੇ ਹੋ ਮਸਕਾ ਚੱਕਾ ਟਾਈਮਸ। ਹੁਣ ਤੁਹਾਨੂੰ ਅਸੀਂ ਦੱਸ ਹੀ ਦਿੰਦੇ ਹਾਂ ਕਿ ਇਹ ਪਿੰਡ ਕਿਹੜਾ ਹੈਗਾ। ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ 100 ਸਾਲ ਤੋਂ ਵੀ ਪੁਰਾਣਾ ਬੋਰਡ, ਤਸਵੀਰਾਂ ਰਾਹੀਂ ਤੁਸੀਂ ਦੇਖ ਰਹੇ ਹੋ। ਇਹ ਪਿੰਡ ਹੈਗਾ ਜੀ ਜ਼ਿਲ੍ਹਾ ਗੁਰਦਾਸਪੁਰ ਤੋਂ ਕਾਦੀਆਂ ਤੋਂ 1 ਜਾਂ 1.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਨੀਲ ਕਲਾਂ, ਔਰ ਇਹ ਪਿੰਡ ਨੀਲ ਕਲਾਂ ਦਾ ਪੂਰਾ ਏਰੀਆ। ਔਰ ਪਿੱਛੇ ਤੁਸੀਂ ਦੇਖ ਰਹੇ ਹੋ ਮੰਦਰ, ਲਾਗੇ ਗੁਰਦੁਆਰਾ ਸਾਹਿਬ ਹੈ, ਪਾਠ ਹੋ ਰਿਹਾ, ਬਾਬਾ ਜੀ ਪਾਠ ਕਰ ਰਹੇ ਨੇ, ਸਵੇਰ ਦਾ ਟਾਈਮ ਹੈ। ਔਰ ਇਸ ਜਗ੍ਹਾ ਦੇ ਬਿਲਕੁਲ ਓਪੋਜਿਟ ਇੱਕ ਪੀਰਾਂ ਦੀ ਜਗ੍ਹਾ ਵੀ ਹੈ, ਜਿਹਨੂੰ ਬਾਬਾ ਮੱਕਾ ਜੀ ਦਾ ਨਾਂ ਤੇ ਜਾਣਿਆ ਜਾਂਦਾ। ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਮੰਦਰ ਹੈ, ਇਹਦੇ ਨਜ਼ਦੀਕ ਤੁਹਾਨੂੰ ਲੈ ਕੇ ਚੱਲਦੇ ਹਾਂ, ਫਿਰ ਤੁਹਾਨੂੰ ਇਸ ਦੇ ਬਾਰੇ ਥੋੜਾ ਜਿਹਾ ਦੱਸਦੇ ਹਾਂ, ਇਸ ਦੇ ਬਾਰੇ ਜਾਣੂ ਕਰਾਉਂਦੇ ਹਾਂ ਕਿ ਇਸ ਮੰਦਰ ਨੂੰ ਕਿੰਨਾ ਚਿਰ ਬਣੇ ਨੂੰ ਹੋਇਆ, ਔਰ ਹੁਣ ਇਹਦੀ ਸਥਿਤੀ ਕਿਸ ਤਰ੍ਹਾਂ ਦੀ ਹੈਗੀ ਹੈ, ਆਓ ਦੇਖਦੇ ਹਾਂ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਇਹ ਮੰਦਰ। ਅਸੀਂ ਕਾਫੀ ਸਮੇਂ ਤੋਂ ਇਸੇ ਤਰ੍ਹਾਂ ਹੀ ਦੇਖ ਰਹੇ ਹਾਂ। ਇਸ ਮੰਦਰ ਦੇ ਵੱਲ ਕਿਸੇ ਦਾ ਧਿਆਨ ਹੈ, ਕਿਉਂ ਨਹੀਂ ਧਿਆਨ ਹੈ ਕਿ ਇਸ ਦਾ ਕਿਸੇ ਟਾਈਮ ਦੇ ਵਿੱਚ ਪੂਜਾ ਹੁੰਦੀ ਹੋਏਗੀ, ਲੋਕ ਸ਼ਰਧਾ ਭਾਵਨਾ ਨਾਲ ਆਉਂਦੇ ਹੋਣਗੇ। ਔਰ ਇਹ ਕਿਸ ਦੇਵੀ ਦੇਵਤਾ ਦਾ ਮੰਦਰ ਹੈ, ਇਸ ਦੇ ਬਾਰੇ ਵੀ ਤੁਹਾਨੂੰ ਜਾਣ ਕਰਾਉਂਦੇ ਹਾਂ ਨਜ਼ਦੀਕ ਜਾ ਕੇ। ਅਸਲ ਚ ਤੁਹਾਨੂੰ ਦੱਸ ਦਈਏ ਕਿ ਇਹ ਮੰਦਰ ਦੀ ਬੈਕ ਸਾਈਡ ਹੈ,
क्योंकि फ्रंट वालों कोई रास्ता नहीं है, इस करके असी बैक साइड तो इस मंदिर को छूट करने वास्ते आ रहे हैं, सुविधा दिखा रहे हैं तुहानू। अगला दीवार है, मैं अपने कैमरामैन को कहूंगा थोड़ा सामने आके तस्वीर दिखाए। यह है मंदिर, मंदिर के अंदर तस्वीर कोई नहीं है। कोई भी मूर्ति नहीं है, और असी थोड़ा जा अपने विश्वास के नाल दस सकते हैं कि सामने जो मूर्ति सी शायद शिवलिंग कह सकते हैं, और नीचे इतने कुछ दसा जाता है कि अपना नंदी की मूर्ति भी सी जो आज नहीं है। सो इत कुछ लिखा भी होया उपर, ये मंदिर का इलाका देखिए आस पास का, देखो इधर इतने तुम दस दिए कि इस जगह के उत्ते किसी टाइम के एक छोटा जा तलाह होंदा सी जिथे कि पिंड के लोग इशनान करने वास्ते आते, बहुत छिट्टा पाउंदे नाल, और रस्ता इस साइड तो होंदा सीगा, इस साइड तो आके यह गुरुद्वारा साहब है पिछे मेरे जिथे पाठ हो रहा, ये पिछे पीरां की जगह, ये बिल्कुल ओपोजिट है मंदिर के, मंदिर के ओपोजिट होने के करके इतने रस्ता जरा इधरों से लोग इतने मत्था टेकते हो गए, श्रद्धा भावना पिंड के लोग आते हो गए, क्योंकि इस पिंड दो पिंड लगते हैं, एक तो पिंड लील कलां और दूसरा पिंड डल्ला, उन्होंने बिल्कुल सेंटर के मंदिर और ये जो जगह पीर की है ये वाली है, गुरुद्वारा तो बाद च बनया लेकिन पुरानिया जगह जड़िया ने यह बिल्कुल ओपोजिट ये इतने आप दस दिए। साढ़े दसन का मकसद ये है कि कई सालों तो यह जो मंदिर बंद पिया, बहुत सारे साढ़े पंजाब दे विच इलाके यहोजे ने जिन्हां दे विच धार्मिक स्थान बंद पए हुए ने, वीरान हुए ने, खंडर हुए ने, उन्हां वल ध्यान देण वाला कोई नहीं। साढ़े चैनल का मकसद तुहानू आगाह करना यही है, दसना चाहते हैं कि आज की जिहड़ी जनरेशन है नशियां विच डुबी हुई है, और साढ़े सारयां दा फर्ज बनता है, साढ़े मां प्यो दा फर्ज बनता है कि आपां अपने बच्चों नू इन्हां पिछे जिन्हां ने साढ़े वड्डे वडेरियां ने श्रद्धा भावना नाल मंदिर जां धार्मिक स्थान जो भी बनाए ने श्रद्धा भावना नाल आउंदे रहे ने, कई तरह दीआं विश मंगियां होणगियां पर उन्हां नू अज असीं भुल चुके हां। सो सारयां नू मां प्यो नू असीं अपील करना चाहांगे कि उन्हां नू चाहीदा है कि अपने बच्चों नू किसे पासे लाउन जो नशियां च डुबे हुए ने, उन्हां दा थोड़ा जिहा भविख सुधर सके। साड़ी ये खबर लाउन दा मकसद यही है, ना कि किसे दीआं भावनावां नू ठेस पहुंचाउणा। सो ये इलाका जो तुहानू असीं दस रहे हैं ये पिंड नील कलां दा, पर मैं असीं तुहानू ये जिहड़ा फैसला है इस मंदिर दा जो इस इन्ने चिर तो बंद पिया होया है, इहदा फैसला असीं तुहाडे ते सुटदे हां, और ताडे को पुछना चाहते हैं कि इस पिंड के मंदिर बारे जे किसी नूं इतिहास बारे पता है तो स्क्रीन ते दिते नंबर साढ़े नोट कर लो, सानू फोन करो, असीं तुहाडे नाल हाँ कवरेज वास्ते, और इस मंदिर का की इतिहास है, पिछे कौन इसकी पूजा अर्चना करता सी, इत्थे जो भी पिंड के लोग सी, जे किसी नूं इतिहास का पता हो सानू साढ़े नाल जरूर संपर्क करे। देखते रहो मस्का चस्का टाइम्स।